ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡੇ ਸਭ ਦਾ ਆਪਣੇ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਕਰਦਾ ਹਾਂ ਦੋਸਤੋ ਅਸੀਂ ਅੱਜ ਦੀ ਇਸ ਵੀਡੀਓ ਦੇ ਵਿੱਚ PS TET 2021 ਦੇ ਵਿੱਚ ਜੋ PS TET ਦਾ ਐਗਜ਼ਾਮ ਕੰਡਕਟ ਕਰਵਾਇਆ ਗਿਆ ਸੀ ਔਰ ਉਸ ਦਾ ਕੁਸ਼ਨ ਪੇਪਰ ਸ਼ੇਅਰ ਕਰਨ ਜਾ ਰਹੇ ਹਾਂ ਔਰ ਇਸ ਕੁਸ਼ਨ ਪੇਪਰ ਦਾ ਸੀ ਮੈਥ ਦਾ ਪਾਰਟ ਅੱਜ ਦੀ ਇਸ ਵੀਡੀਓ ਵਿੱਚ ਡਿਸਕਸ ਕਰਾਂਗੇ ਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਦੇ ਨਾਲ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਹਰ ਇਨਫੋਰਮੇਟਿਵ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਅਗਰ ਤੁਹਾਨੂੰ ਵੀਡੀਓ ਅੱਛੀ ਲੱਗੇ ਤੇ ਵੀਡੀਓ ਨੂੰ ਲਾਈਕ ਕਰ ਸ਼ੇਅਰ ਜ਼ਰੂਰ ਕਰਨਾ ਤਾਂ ਇਸ ਦੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਕਿ ਜੋ ਪੀਐਸਟੈਟ 2021 ਦੇ ਵਿੱਚ ਜੋ ਐਗਜ਼ਾਮ ਕੰਡਕਟ ਕਰਵਾਇਆ ਗਿਆ ਸੀ ਉਸ ਦਾ ਕੁਐਸਚਨ ਨੰਬਰ 100 ਹੈ ਮੈਥ ਦਾ ਪਾਰਟ ਹੈ ਔਰ ਕੁਐਸ਼ਨ ਹੈ ਕਿ 6 ਪਾਈਪਾਂ ਇੱਕ ਟੈਂਕ ਨੂੰ 1 ਘੰਟਾ 20 ਮਿੰਟ ਵਿੱਚ ਭਰਦੀਆਂ ਹਨ ਜੇਕਰ ਇਸੇ ਤਰ੍ਹਾਂ ਦੀਆਂ 5 ਪਾਈਪਾਂ ਦੀ ਵਰਤੋਂ ਕੀਤੀ ਜਾਵੇ ਤਾਂ ਕਿੰਨਾ ਸਮਾਂ ਲੱਗੇਗਾ অপਸ਼ਨ A ਹੈ 1 ਘੰਟਾ 36 ਮਿੰਟ ਤੇ 1 ਘੰਟਾ 30 ਮਿੰਟ অপਸ਼ਨ B অপਸ਼ਨ C ਹੈ 1 ਘੰਟਾ ਤੇ 20 ਮਿੰਟ ਤੇ অপਸ਼ਨ D ਹੈ ਇਹਨਾਂ ਵਿੱਚੋਂ ਕੋਈ ਨਹੀਂ ਤੇ ਹੁਣ ਇਸ ਦਾ ਅਸੀਂ ਸੋਲੂਸ਼ਨ ਕਰਾਂਗੇ ਕੁਐਸ਼ਨ ਦਾ ਤੋ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਕਿ ਸਾਡੇ ਕੋਲ ਜਿਹੜੀਆਂ 6 ਪਾਈਪਾਂ ਉਹ ਟਾਈਮ ਲੈਂਦੀਆਂ 1 ਘੰਟਾ ਤੇ 20 ਮਿੰਟ ਤੇ 5 ਪਾਈਪਾਂ ਕਿੰਨਾ ਟਾਈਮ ਲੈਂਣਗੇ ਆ ਇਹ ਅਸੀਂ ਕੈਲਕੂਲੇਟ ਕਰਨਾ ਹੈ ਹੁਣ ਸਾਡੇ ਕੋਲ ਜੋ ਚੀਜ਼ 기ਵਨ ਹੈ ਉਸ ਦੇ ਵਿੱਚ ਹੈ ਕਿ 6 ਪਾਈਪਾਂ ਔਰ ਟਾਈਮ ਅਸੀਂ ਦੋਨੋਂ ਜਿਹੜਾ ਟਾਈਮ ਹੈ ਆਰ ਤੇ ਮਿੰਟ ਹੈ ਇਹਨੂੰ ਟੋਟਲ ਕਰ ਲਿਆ 60 ਮਿੰਟ ਇਹਦੇ ਹੋ ਗਏ ਤੇ 20 ਮਿੰਟ ਇਹ ਟੋਟਲ ਟਾਈਮ ਕਰ ਲਏ ਜੀ 80 ਮਿੰਟ ਠੀਕ ਹੈ ਤੇ ਜਿਹੜੀਆਂ ਪੰਜ ਪਾਈਪਾਂ ਉਹਦਾ ਜਿਹੜਾ ਟਾਈਮ ਕਿੰਨਾ ਲਏਗਾ ਉਹ ਅਸੀਂ ਟਾਈਮ ਲੈਟ ਕਰ ਲਏਗੀ ਇਹ ਲਏਗਾ ਟਾਈਮ x ਮਿੰਟ ਔਰ ਤੁਸੀਂ ਦੇਖੋ ਕਿ ਅਗਰ ਪੰਜ 6 ਪਾਈਪਾਂ 80 ਮਿੰਟ ਟੈਂਕੀ ਭਰਨ ਨੂੰ ਲੱਗਦੀਆਂ ਅਗਰ ਅਸੀਂ ਪੰਜ ਪਾਈਪਾਂ ਯੂਜ਼ ਕਰਾਂਗੇ ਤਾਂ ਟਾਈਮ ਕੀ ਹੋਏਗਾ 80 ਮਿੰਟ ਤੋਂ ਜ਼ਿਆਦਾ होएगा ठीक है जी तो इस मीनस ये है कि जो टोटल वर्क डन होना है ऐसा वो टोटल वर्क डन जड़ा दोना केस से विच की होएगा इक्वल होएगा टोटल वर्क डन वो होएगा इक्वल टोटल वर्क डन इक्वल आएगा तो यदा मीन्स है कि जो ਕਮ 6 ਪਾਈਪਾਂ ਨੇ 80 ਮਿੰਟ ਵਿੱਚ ਕੀਤਾ ਜਾਨੀ ਕਿ 6 80 ਇਹ ਬਰਾਬਰ ਆ ਜਾਏਗਾ ਤੁਹਾਡੇ ਕੋਲ 5 x ਕਿੰਨਾ ਆ ਜਾਏਗਾ 5 x ਠੀਕ ਹੈ ਜੀ ਤੇ ਇਸ ਦੀ ਤੁਸੀਂ ਕੈਲਕੂਲੇਸ਼ਨ ਕਰੋਗੇ ਤੇ ਇੱਕ ਕੈਲਕੂਲੇਸ਼ਨ ਆ ਜਾਏਗੀ ਤੁਹਾਡੇ ਕੋਲ 480 ਇਧਰ ਆ ਜਾਏਗਾ ਜੀ 5x ਔਰ ਜਦੋਂ ਤੁਸੀਂ x ਦੀ ਵੈਲਿਊ ਕੈਲਕੂਲੇਟ ਕਰੋਗੇ ਤੇ ਇਹ ਆ ਜਾਏਗਾ 480/5 ਤੇ ਇਹਨੂੰ ਤੁਸੀਂ ਤਕਸੀਮ ਕਰੋਗੇ ਤੇ ਇਹ ਕਿੰਨਾ ਆ ਜਾਏਗਾ ਜੀ 9 ਪੰਜਾਂ 45 ਤੇ 6 ਪੰਜਾਂ 30 ਤੇ ਇਹ ਕਿੰਨਾ ਆ ਗਿਆ ਜੀ 96 ਮਿੰਟ ਇਹਦਾ ਮੀਨਸ ਹੈ ਕਿ ਜਿਹੜਾ ਟਾਈਮ ਹੈ 1 ਘੰਟਾ ਤੇ 36 ਮਿੰਟ ਦਾ ਟਾਈਮ ਲਿਆ लिया जाएगा अगर असं पांच पाइप यूज़ करते हैं तो ये जो टाइम है एक घंटा तो छत्ती मिनट इस जो टाइम है वह लिया जाएगा और ये ऑप्शन देखते दे हैं सी, अगर इस ऑप्शन देखें तो इसका ऑप्शन आ जाता जी ऑप्शन फस्ट इस राइट आंसर है एक घंटा तो छत्ती मिनट ए य राइट आंसर है